बंदा जिड्डा भी चंगा होवे ना, कुछ बंदे इंज दे होंदे ने जिहड़े छेती नहीं मनदे। एक बीवी छेती नहीं मनदी, परेशान हो गए हो, हो गए हो। ਇਹ ਜਦੋਂ ਤਾਂ ਬੀਵੀ ਦਾ ਨਾਮ ਆਵੇ ਤਾਂ ਟੈਨਸ਼ਨ ਕੋ ਲੈ ਲੈਂਦੇ ਹੋ, ਉਹ ਕਿਹੜੀ ਸੁਣਨ ਡਈਆਂ ਨੇ, ਘਬਰਾਏ ਬੈਠੋ ਸਾਰੇ ਇਮਾਨਦਾਰ। ਬੀਵੀ ਛੇਤੀ ਨਹੀਂ ਮੰਨਦੀ, ਘਰ ਦਾ ਗੁਲਾਮ ਜਿਹੜਾ ਹਰ ਵੇਲੇ ਨਾਲ ਰਹਿੰਦਾ ਉਹ ਨਹੀਂ ਮੰਨਦਾ ਜਲਦੀ। ਔਰ ਇੱਕ ਜਿਹੜਾ ਬਚਪਨ ਦਾ ਯਾਰ ਹੋਵੇ ਨਾ ਉਹ ਵੀ ਜਲਦੀ ਨਹੀਂ ਮੰਨਦਾ। ਓਏ ਸਲਾਮ ਆਕਾ ਤੇਰੀ ਪਾਕੀਜ਼ਗੀ ਤੇ, ਤੈਨੂੰ ਸਭ ਤੋਂ ਪਹਿਲੇ ਬੀਵੀ ਮੰਨਿਆ, ਹਾਏ ਹਾਏ, ਸਭ ਤੋਂ ਪਹਿਲੇ ਆਕਾ ਨੂੰ ਬੀਵੀ ਮੰਨਿਆ, ਸਭ ਤੋਂ ਪਹਿਲੇ ਗੁਲਾਮਾਂ ਚੋਂ ਗੁਲਾਮ ਨੇ ਮੰਨਿਆ, ਔਰ ਸਭ ਤੋਂ ਪਹਿਲੇ ਬਚਪਨ ਦੇ ਯਾਰ ਸਦੀਕ ਨੇ ਮੰਨਿਆ। ਇਹ ਬੀਵੀ ਨੂੰ ਤੇ ਬਚਪਨ ਦੇ ਯਾਰ ਨੂੰ ਤੇ ਘਰ ਦੇ ਬੱਚੇ ਨੂੰ ਮਨਾਉਣਾ ਬੜਾ ਔਖਾ ਹੁੰਦਾ, ਪਰ ਸਲਾਮ ਹਜ਼ੂਰ ਤੇਰੀ ਪਾਕੀਜ਼ਗੀ ਤੇ, ਤੈਨੂੰ ਸਭ ਤੋਂ ਪਹਿਲੇ ਤੇਰੀ ਬੀਵੀ ਮੰਨਿਆ, ਤੈਨੂੰ ਤੇਰੇ ਯਾਰ ਮੰਨਿਆ, ਤੇ ਤੈਨੂੰ ਤੇਰੇ ਗੁਲਾਮ ਨੇ ਮੰਨਿਆ, ਤੇ ਤੈਨੂੰ ਤੇਰੇ ਘਰ ਦੇ ਵਿੱਚ ਪੱਲਣ ਵਾਲੇ ਬੱਚੇ ਨੇ ਮੰਨਿਆ। ਇਹਦਾ ਮਾਨ ਹੈ ਮੇਰੇ ਮਹਿਬੂਬ ਦੀ ਜ਼ਿੰਦਗੀ ਇਤਨੀ ਬੇਐਬ ਸੀ ਕਿ ਕਿਸੇ ਨੂੰ, ਉਹ ਕਹਿੰਦੇ ਨਾ ਪੀਰ ਸਾਹਿਬ ਸੀ, ਪੀਰ ਸਾਹਿਬ ਉਹਨੂੰ ਬੀਵੀ ਨਹੀਂ ਸੀ ਮੰਨਦੀ ਵੀ ਤੋਂ ਪੀਰ ਹੈ, ਬਾਕੀ ਹੈ ਸੀ ਅੱਪੀ। ਇੱਕ ਦਿਨ ਉਹਨੇ ਕਿਹਾ ਵੀ ਕੋਈ ਤਰਲਾ ਮਾਰਾਂ ਮੇਰੀ ਬੀਵੀ ਮੈਨੂੰ ਮੰਨ ਜਾਏ। ਉਹਨੇ ਨਾ ਹਵਾ 'ਚ ਉੱਡਣਾ, ਉੱਡਦਾ ਆਵੇ ਤੇ ਉਹਦੀ ਬੀਵੀ ਨੇ ਵੇਖਿਆ ਮੇਰਾ ਖਾਵੇਂ ਦੀ ਵੀ ਪੀਰ ਬਣਿਆ ਫਿਰਦਾ, ਪੀਰ ਤੇ ਹੈ ਉਹ ਐਵੇਂ ਦਾਵਾ ਕਰਦਾ ਮੇਰਾ ਖਾਵੇਂ ਦੀ ਮੈਂ ਪੀਰ ਹਾਂ, ਇਹ ਪੀਰ ਹਵਾ 'ਚ ਉੱਡਦਾ ਆ ਰਿਹਾ, ਆਹ ਲੈਣ ਦੇ ਗੱਲ ਕਰਦੀ ਹਾਂ। ਸ਼ਾਮ ਨੂੰ ਪੀਰ ਸਾਹਿਬ ਤਸ਼ਰੀਫ ਲਿਆ, ਕਹਿੰਦੀ ਇਹ ਬੜਾ ਪੀਰ ਬਣਿਆ ਫਿਰਦਾ, ਮੈਂ ਅੱਜ ਪੀਰ ਵੇਖੀ ਕੀ ਆ ਕਿ ਹਵਾ 'ਚ ਉੱਡਦਾ ਸੀ। ਉਹਨੇ ਕਿਹਾ ਹੈ ਹਵਾ 'ਚ ਉੱਡਣ ਦਾ ਪੀਰ ਸਹੀ ਸੀ, ਬੜਾ ਚੰਗਾ ਸੀ, ਆਖਰ ਹਵਾ 'ਚ ਉੱਡ ਰਿਹਾ ਸੀ। ਉਹਨੇ ਕਿਹਾ ਤੇ ਮੈਂ ਸੀ। ਅੱਛਾ, ਮੈਂ ਤਾਂਹੀਓ ਕਹਿੰਦੇ ਸਿੱਧਾ ਕਿਉਂ ਨਹੀਂ ਉੱਡਦਾ, ਨਹੀਂ ਮੰਨਿਆ ਨਾ। ਪਰ ਸਲਾਮ ਆਕਾ ਜਿਹੜਾ ਹੌਲੀ ਬੋਲੇ, ਮੈਂ ਹੁਣ ਕੀ ਕਰਾਂ ਯਾਰ, ਕਹਿ ਦਿਓ ਸਲਾਮ ਆਕਾ, ਸਾਰੇ ਪੜ ਲੋ ਬਿਸਮਿਲਲਾ ਮਿੱਠਾ ਮਦਨੀ ਸਲਾਮ ਉਹਨਾਂ ਨੂੰ। ਮੇਰੀ ਰਿਆਤ ਨਾ ਕਰੋ ਗੁੰਗੇ ਨੂੰ ਛੁੱਟੀਏ, ਬਾਕੀ ਬੋਲੇਗਾ ਬਿਸਮਿਲਲਾ ਮਿੱਠਾ ਮਦਨੀ ਸਲਾਮ ਉਹਨਾਂ ਨੂੰ। ਐ ਛੋਟੇ ਬੱਚੇ ਤੁਸੀਂ ਉੱਚੀ ਪੜੋ, ਬਾਬਿਆਂ ਨੂੰ ਭੁੱਲ ਜਾਣਾ, ਤੁਸੀਂ ਯਾਦ ਰੱਖਣਾ ਬਿਸਮਿਲਲਾ ਮਿੱਠਾ ਮਦਨੀ ਸਲਾਮ ਉਹਨਾਂ ਨੂੰ, ਸਲਾਮ ਉਹਨਾਂ ਨੂੰ ਜਿਨ੍ਹਾਂ ਡਿੱਠਾ ਮਦਨੀ। ਇਨਸ਼ਾਅੱਲਾ ਇਨਸ਼ਾਅੱਲਾ ਅਗਲੇ ਜੁਮੇ ਇੱਥੋਂ ਸ਼ੁਰੂ ਕਰਾਂਗੇ, ਛੋਟੀ ਜਿਹੀ ਨੇਕੀ ਦੀ ਇੱਕ ਦਾਵਤ ਦੇਣੀ ਹੈ ਜੇ ਕਬੂਲ ਕਰ ਲਓ।